ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ। ਹੈਡਲਾਈਨਸ ਦੇ ਨਾਲ ਮੈਂ ਪ੍ਰਨੀਤ ਕੌਰ। 25 ਸਤੰਬਰ ਨੂੰ ਪੰਜਾਬ ਬੰਦ ਨੂੰ ਮਿਲੇ ਵੱਡੇ ਸਮਰਥਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ। 1 ਅਕਤੂਬਰ ਤੋਂ ਅਨਮਿੱਥੇ ਸਮੇਂ ਤੱਕ ਕਰਨਗੇ ਰੇਲਾਂ ਜਾਮ। ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ। ਕਿਸਾਨਾਂ ਸਮੇਤ ਪੰਜਾਬ ਦੇ ਆਮ ਲੋਕਾਂ, ਸਿਆਸੀ ਲੀਡਰਾਂ, ਗਾਇਕਾਂ ਨੇ ਖੇਤੀ ਬਿੱਲਾਂ ਖਿਲਾਫ ਕੀਤਾ ਪ੍ਰਦਰਸ਼ਨ। ਵਪਾਰੀਆਂ, ਆੜ੍ਹਤੀਆਂ ਅਤੇ ਸਾਰੇ ਵਰਗਾਂ ਨੇ ਵੀ ਕਿਸਾਨਾਂ ਦੇ ਪੰਜਾਬ ਬੰਦ ਨੂੰ ਦਿੱਤੀ ਹਮਾਇਤ। ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਬਾਜ਼ਾਰ ਤੇ ਦੁਕਾਨਾਂ ਬੰਦ ਸਨ। ਮੋਹਾਲੀ ਵਿੱਚ ਬੰਦ ਨੂੰ ਮਿਲਿਆ ਰਲਵਾਂ ਮਿਲਵਾਂ ਹੁੰਗਾਰਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਅਤੇ ਤਿੱਖੀ ਗਰਮੀ 'ਚ ਡਟੇ ਕਿਸਾਨਾਂ ਨੂੰ ਸਫਲ ਸੰਘਰਸ਼ ਲਈ ਦਿੱਤੀ ਵਧਾਈ। ਰਾਸ਼ਟਰਪਤੀ ਨੂੰ ਖੇਤੀ ਬਿੱਲਾਂ ਤੇ ਮੋਹਰ ਨਾ ਲਾਉਣ ਦੀ ਕੀਤੀ ਅਪੀਲ। ਅਕਾਲੀਆਂ ਦੇ ਪ੍ਰਦਰਸ਼ਨ ਨੂੰ ਦੱਸਿਆ ਡਰਾਮਾ। ਬੰਦ ਤੋਂ ਪਹਿਲਾਂ ਕੈਪਟਨ ਨੇ ਕਿਸਾਨਾਂ ਨੂੰ ਅਮਨ ਸ਼ਾਂਤੀ ਬਣਾਏ ਰੱਖਣ ਦੀ ਕੀਤੀ ਸੀ ਅਪੀਲ। ਖੇਤੀ ਬਿੱਲਾਂ ਖਿਲਾਫ ਕਿਸਾਨਾਂ ਨੇ ਸ਼ੰਭੂ ਬਾਰਡਰ ਤੇ ਕੀਤਾ ਚੱਕਾ ਜਾਮ। ਵੱਡੇ ਇਕੱਠ ਵਿੱਚ ਬਿੱਲ ਰੱਦ ਕਰਨ ਦੀ ਉੱਠੀ ਮੰਗ। ਪੰਜਾਬੀ ਗਾਇਕਾਂ ਨੇ ਵੀ ਕੀਤਾ ਕਿਸਾਨਾਂ ਦੇ ਪੰਜਾਬ ਬੰਦ ਦਾ ਸਮਰਥਨ। ਸਮਾਜ ਸੇਵੀ ਲੱਖਾ ਸਿਧਾਣਾ, ਕੰਵਰ ਗਰੇਵਾਲ ਸਮੇਤ ਕਈ ਆਗੂ ਪਹੁੰਚੇ। ਖਾਲਸਾ ਏਡ ਨੇ ਕਿਸਾਨਾਂ ਲਈ ਲੰਗਰ ਦਾ ਕੀਤਾ ਪ੍ਰਬੰਧ। ਨਾਭਾ 'ਚ ਖੇਤੀ ਬਿੱਲਾਂ ਖਿਲਾਫ ਕਿਸਾਨਾਂ ਦੇ ਧਰਨਿਆਂ 'ਚ ਔਰਤਾਂ ਵੀ ਵੱਡੀ ਗਿਣਤੀ 'ਚ ਹੋਈਆਂ ਸ਼ਾਮਿਲ। ਹਰਭਜਨ ਮਾਨ, ਰਣਜੀਤ ਬਾਵਾ, ਤਰਸੇਮ ਜੱਸੜ ਤੇ ਕੁਲਵਿੰਦਰ ਬਿੱਲਾ ਸਮੇਤ ਕਈ ਪੰਜਾਬੀ ਗਾਇਕਾਂ ਨੇ ਵੀ ਕੀਤੀ ਸ਼ਿਰਕਤ। ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਵੀ ਜਾਰੀ। ਮਾਨਸਾ ਜ਼ਿਲ੍ਹੇ 'ਚ ਕਈ ਪੰਜਾਬੀ ਗਾਇਕਾਂ ਨੇ ਦਿੱਤੀ ਸੰਘਰਸ਼ ਨੂੰ ਹਮਾਇਤ। ਮਾਨਸਾ, ਬਠਿੰਡਾ ਤੇ ਬਰਨਾਲਾ 'ਚ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ। ਖੇਤੀ ਬਿੱਲਾਂ ਖਿਲਾਫ ਕਿਸਾਨਾਂ ਨੇ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਕੀਤਾ ਬੰਦ। ਅੰਮ੍ਰਿਤਸਰ 'ਚ ਭਾਰੀ ਪੁਲਿਸ ਬਲ ਤਾਇਨਾਤ। ਗੁਰਦਾਸਪੁਰ ਤੇ ਬਟਾਲਾ 'ਚ ਮੈਡੀਕਲ ਐਸੋਸੀਏਸ਼ਨ, ਆਂਗਣਵਾੜੀ ਯੂਨੀਅਨ, ਲੇਖਕਾਂ ਅਤੇ ਨੌਜਵਾਨਾਂ ਨੇ ਵੀ ਦਿੱਤੀ ਹਮਾਇਤ। ਬਠਿੰਡਾ 'ਚ ਕਿਸਾਨਾਂ ਅਤੇ ਹੋਰ ਜਥੇਬੰਦੀਆਂ ਨੇ ਬਾਦਲ ਪਿੰਡ ਨੂੰ ਜਾਂਦਾ ਹਰ ਰਸਤਾ ਕੀਤਾ ਜਾਮ। ਐਕਸ ਸਰਵਿਸ ਮੈਨ ਵੈਲਫੇਅਰ ਯੂਨੀਅਨ ਨੇ ਵੀ ਦਿੱਤਾ ਕਿਸਾਨਾਂ ਦਾ ਸਾਥ। ਖੇਤੀ ਬਿੱਲਾਂ ਖਿਲਾਫ਼ ਪੰਜਾਬ ਦੇ ਨਾਲ ਦੇਸ਼ ਦੇ ਕਈ ਹਿੱਸਿਆਂ 'ਚ ਬੰਦ ਦੀਆਂ ਤਸਵੀਰਾਂ ਦਿਸੀਆਂ। ਭਾਰਤ ਬੰਦ ਦੇ ਸਮਰਥਨ 'ਚ ਨਿਤਰੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ, GST ਤੋਂ ਬਾਅਦ ਨਵੇਂ ਖੇਤੀ ਬਿੱਲ ਕਿਸਾਨਾਂ ਨੂੰ ਕਰ ਦੇਣਗੇ ਤਬਾਹ। ਬਿਹਾਰ 'ਚ ਪ੍ਰਦਰਸ਼ਨਕਾਰੀਆਂ ਨਾਲ ਭਾਜਪਾ ਕਾਰਕੁਨਾਂ ਦੀ ਹੋਈ ਝੜਪ। ਦਰਭੰਗਾ 'ਚ ਕਿਸਾਨਾਂ ਨੇ ਮੱਝਾਂ ਨਾਲ ਕੀਤਾ ਪ੍ਰਦਰਸ਼ਨ। ਖੇਤੀ ਬਿੱਲਾਂ ਦੇ ਵਿਰੋਧ 'ਚ ਤਮਿਲਨਾਡੂ 'ਚ ਕਿਸਾਨਾਂ ਨੇ ਕੀਤਾ ਅਨੋਖਾ ਪ੍ਰਦਰਸ਼ਨ। ਤ੍ਰਿਚੀ ਇਲਾਕੇ 'ਚ ਕਿਸਾਨਾਂ ਨੇ ਹੱਥ 'ਚ ਖੋਪੜੀਆਂ ਫੜ ਕੇ ਅਤੇ ਹੱਥਾਂ ਨੂੰ ਜੰਜੀਰਾਂ ਨਾਲ ਬੰਨ੍ਹ ਕੇ ਖੇਤੀ ਕਾਨੂੰਨ ਵਿਰੁੱਧ ਜਿਤਾਇਆ ਰੋਸ। ਪਟਨਾ 'ਚ RJD ਦੇ ਪ੍ਰਧਾਨ ਤੇਜਸਵੀ ਯਾਦਵ ਕਿਸਾਨਾਂ ਲਈ ਹੋਏ ਟਰੈਕਟਰ ਤੇ ਸਵਾਰ। ਰੈਲੀ 'ਚ ਖੁਦ ਚਲਾਇਆ ਟਰੈਕਟਰ। ਦਿੱਲੀ ਬਾਰਡਰ ਨੇੜੇ ਭਾਰਤੀ ਕਿਸਾਨ ਯੂਨੀਅਨ ਨੇ ਰਾਹ ਕੀਤੇ ਜਾਮ। ਭਾਜਪਾ ਵਰਕਰ ਸੋਕੇ ਸ਼ਬਦਾਂ 'ਚ ਕਿਸਾਨਾਂ ਨੂੰ ਬਿੱਲ ਬਾਰੇ ਸਮਝਾਉਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ BJP ਲੀਡਰਾਂ ਤੇ ਵਰਕਰਾਂ ਨੂੰ ਦਿੱਤੀ ਹਦਾਇਤ। ਕਿਹਾ, BJP ਦਾ ਗਰਾਊਂਡ ਕਨੈਕਟ ਖੇਤੀ ਕਾਨੂੰਨ ਨਾਲ ਜੁੜੀਆਂ ਸਾਰੀਆਂ ਅਫਵਾਹਾਂ ਅਤੇ ਝੂਠ ਨੂੰ ਖਤਮ ਕਰੇਗਾ। ਹਰਿਆਣਾ 'ਚ ਪ੍ਰਦਰਸ਼ਨਕਾਰੀ ਕਿਸਾਨਾਂ ਤੇ ਟੀਚਰਾਂ ਤੇ ਹੰਝੂ ਗੈਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਕੀਤਾ। ਹਰਿਆਣਾ ਦੇ ਚਰਖੀ ਦਾਦਰੀ 'ਚ PWD ਦੇ ਰੈਸਟ ਹਾਊਸ ਦੇ ਬਾਹਰ ਰਾਹ ਨੂੰ ਜਾਮ ਕਰਕੇ ਕਰ ਰਹੇ ਸੀ ਪ੍ਰਦਰਸ਼ਨ। ਸਿਰਸਾ 'ਚ ਮੰਡੀ ਮਜ਼ਦੂਰਾਂ ਤੇ ਆੜ੍ਹਤੀਆਂ ਨੇ ਵੀ ਖੇਤੀ ਬਿੱਲਾਂ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ। ਕਿਸਾਨਾਂ ਦੇ ਪੰਜਾਬ ਬੰਦ ਨੂੰ ਦਿੱਤੀ ਹਮਾਇਤ। ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਟਵਿੱਟਰ ਰਾਹੀਂ ਕਿਸਾਨਾਂ ਦਾ ਕੀਤਾ ਸਮਰਥਨ। ਕਿਹਾ, ਮੈਂ ਕਿਸਾਨਾਂ ਦੇ ਦਰਦ ਨੂੰ ਸਮਝਦਾ ਹਾਂ। ਸਾਨੂੰ ਇੱਕ ਖੁਸ਼ਹਾਲ ਮੁਲਕ ਲਈ ਖੁਸ਼ਹਾਲ ਕਿਸਾਨ ਚਾਹੀਦਾ ਹੈ। ਕਿਸਾਨਾਂ ਨੂੰ ਸਮਰਥਨ ਦੇਣ ਪਹੁੰਚੇ NRI। ਕਿਹਾ, ਹੁਣ ਬਾਹਰ ਜਾਣ ਦੀ ਥਾਂ ਪੁਰਖਿਆਂ ਦਾ ਦੇਵਾਂਗੇ ਸਾਥ। ਪੰਜਾਬ ਦੀ ਕਿਸਾਨੀ ਨੂੰ ਪੜ੍ਹੇ ਲਿਖੇ ਨੌਜਵਾਨਾਂ ਦੀ ਹੈ ਲੋੜ। ਕਈ ਨੌਜਵਾਨਾਂ ਨੇ ਕੀਤੇ ਆਪਣੇ ਵੀਜ਼ੇ ਰੱਦ। ਕਿਸਾਨ ਜਥੇਬੰਦੀਆਂ ਨੂੰ ਪ੍ਰੰਥਕ ਅਕਾਲੀ ਲਹਿਰ ਨੇ ਵੀ ਦਿੱਤਾ ਸਮਰਥਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਟਰੈਕਟਰ ਤੇ ਪਹੁੰਚੇ ਲੰਬੀ ਧਰਨੇ। ਪਾਰਟੀ ਨੇ ਖੇਤੀ ਬਿੱਲਾਂ ਦੇ ਵਿਰੋਧ 'ਚ ਪੰਜਾਬ ਭਰ 'ਚ 3 ਘੰਟੇ ਜਾਮ ਕਰਨ ਦਾ ਕੀਤਾ ਸੀ ਐਲਾਨ। ਬਿਕਰਮ ਸਿੰਘ ਮਜੀਠੀਆ ਨੇ ਮਜੀਠਾ 'ਚ ਅਕਾਲੀਆਂ ਦੇ ਚੱਕਾ ਜਾਮ ਮੌਕੇ ਕਿਹਾ, ਅਕਾਲੀ ਦਲ ਇੱਕ ਤਾਂ ਕੀ ਕੇਂਦਰ ਦੀਆਂ 100 ਕੁਰਸੀਆਂ ਵੀ ਕਿਸਾਨਾਂ ਲਈ ਕੁਰਬਾਨ ਕਰ ਸਕਦਾ ਹੈ। ਪੰਜਾਬ ਦੇ ਸਾਬਕਾ DGP ਸੁਮੇਰ ਸਿੰਘ ਸੈਣੀ ਨੇ ਚੁੱਕਿਆ ਪੰਜਾਬ ਬੰਦ ਦਾ ਫਾਇਦਾ। ਗੁਪਤ ਤਰੀਕੇ ਨਾਲ ਹੋਇਆ SIT ਮੂਹਰੇ ਪੇਸ਼। ਬਗੈਰ ਬੁਲਾਏ ਪਹੁੰਚਿਆ SIT ਇੰਚਾਰਜ ਦੇ ਦਫ਼ਤਰ। 5-7 ਮਿੰਟਾਂ ਬਾਅਦ ਚੁੱਪ ਚੁਪੀਤੇ ਹੀ ਨਿਕਲ ਗਿਆ। ਖੇਤੀ ਬਿੱਲਾਂ ਤੋਂ ਬਾਅਦ ਹੁਣ ਬਿਜਲੀ ਕੰਪਨੀਆਂ ਦੇ ਨਿੱਜੀਕਰਨ ਦੀ ਤਿਆਰੀ। ਕਿਸਾਨਾਂ ਨੂੰ ਪੈ ਸਕਦਾ ਇੱਕ ਹੋਰ ਵਕਤ। ਮੋਦੀ ਸਰਕਾਰ ਨੇ ਹੁਣ ਬਿਜਲੀ ਕੰਪਨੀਆਂ ਦੇ ਨਿੱਜੀਕਰਨ ਦੀ ਖਿੱਚੀ ਤਿਆਰੀ। ਕੇਂਦਰੀ ਬਿਜਲੀ ਮੰਤਰਾਲੇ ਨੇ ਇਸ ਸਬੰਧੀ ਬੋਲੀ ਦਸਤਾਵੇਜ਼ ਕੀਤੇ ਤਿਆਰ।
JEE मेंस परीक्षा के नतीजे दिशाए पंजाब के सरकारी स्कूलों के विद्यार्थी 537 विद्यार्थियों ने किया क्वालीफाई। प्रधानमंत्री नरेंद्र मोदी ने किया दावा, कहा दहाकियां तक किसानों ते मजदूरों नूं खोखले नारियां नाल भरमाया गया। पंजाब सरकार ने किसानों लई MSP वधा के रचिया इतिहास, किसानों नूं होवेगा सब तों वध फायदा। नवे खेती कानूनां नाल किसानों दे जीवन च आवेगी खुशहाली ते क्रांति, केंद्रीय खेतीबाड़ी मंत्री नरेंद्र सिंह तोमर ने दिता स्पष्टीकरण। कहा किसानों दी सुधरेगी माड़ी हालत अते नवी तकनीक नाल जुड़ेगा किसान, कांग्रेस ते कसिया तंज, कहा कांग्रेस कर रही है किसानों नूं गुमराह। बिहार विधानसभा चोणां दा ऐलान, 3 गेड़ां च होवेगा मतदान। पहले गेड़ च 28 अक्टूबर नूं पैणगियां वोटां। नामजदगी पत्र भरन लई आनलाइन ते आफलाइन दोवें तरहां दी व्यवस्था होवेगी। सवेरे 7 बजे तों शाम 6 बजे तक होवेगी वोटिंग। 200 भारतीय विद्यार्थियों वालों यूके के प्रधानमंत्री बोरिस जॉनसन नूं अपील। अंग्रेजी भाषा के लाजमी टेस्ट च गड़बड़ करन दे मामले च दोषी गर्दाने जान ते न्याय दी कीती मंग। 6 साल पहला होए टेस्ट ऑफ इंग्लिश फॉर इंटरनेशनल कम्युनिकेशन च लगभग 34,000 कौमांतरी विद्यार्थी हुए सी प्रभावित। विद्यार्थियों के वीजा केसां च लाजमी शर्त हुंदा है ए टेस्ट। टिकटॉक दे मालिक ने अमरीका च चीनी तकनालोजी नूं चलाउण लई लाइसेंस कीता अप्लाई। अमरीकी राष्ट्रपति डोनाल्ड ट्रंप दे सकदे हन परवानगी। चीन दे जवाब दी कीती जा रही है उड़ीक। बरतानिया ने मेहमान नवाजी ते सैर सपाटा खेतर च वधाई वैट कटौती। बरतानिया दे वित्त मंत्री ऋषि सुनक ने COVID-19 दे मद्देनजर लिया फैसला। अगले साल 31 मार्च तक रहेगी 5% वैट। हेडलाइंस वेखण वाले सारे दर्शकों का धन्यवाद।